ਏ ਆਕਾਸ਼ਵਾਨੀ ਜੰਮੂ ਹੈ ਡੋਗਰੀ ਖਬਰਾਂ ਚ ਤੁੰਦਾ ਸਵਾਗਤ ਹੈ ਪਹਿਲੇ ਮੁੱਖ ਸਮਾਚਾਰਾਂ ਕੰਨੇ ਮੈਂ ਰਾਜੇਸ਼ ਮਨਸੋਤਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਡੈਨਮਾਰਕ ਦੇ ਪ੍ਰਧਾਨ ਮੰਤਰੀ ਹੁੰਦੇ ਕੰਨੇ ਗੱਲਬਾਤ ਕੀਤੀ ਦੋਨੋਂ ਦੇਸ਼ਾਂ ਵਿਚਕਾਰ 24 ਸਮਝੌਤੇ ਉਪਰ ਦਸਤਖਤ ਕੀਤੇ ਗਏ ਕੇਂਦਰ ਸਰਕਾਰ ਦੇ ਆਊਟਰੀਚ ਕਾਰਜਕ੍ਰਮ ਤਹਿਤ ਕਈ ਕੇਂਦਰੀ ਮੰਤਰੀ ਜੰਮੂ ਕਸ਼ਮੀਰ ਦਾ ਦੌਰਾ ਕੀਤਾ ਮੰਤਰੀਏ ਜੰਮੂ ਕਸ਼ਮੀਰ ਦੇ ਵਿਕਾਸ ਲਈ ਕੇਂਦਰ ਦੇ ਨਿਸ਼ਚੇ ਕੀ ਪੱਕਾ ਕੀਤਾ ਜੰਮੂ ਕਸ਼ਮੀਰ ਚ 109 ਕੋਵਿਡ ਮਾਮਲੇ ਦਰਜ ਕੀਤੇ ਗਏ ਜਿੰਦੇ ਚਾ ਅੱਠ ਜੰਮੂ ਡਿਵੀਜ਼ਨ ਤੇ 92 ਕਸ਼ਮੀਰ ਡਿਵੀਜ਼ਨ ਥਮਨ ਕੋਵਿਡ ਤੋਂ ਮਾ ਠੀਕੋ ਨੇ ਦੀ ਰਾਸ਼ਟਰੀ ਦਰ ਇਸ 97.98% ਹੈ ਦੇਸ਼ ਪਰ ਅਚ 94 ਕਰੋੜ ਸ਼ਾਮਤ ਵੈਕਸੀਨ ਦੇ ਟੀਕੇ ਲਾਇਗੇਨ ਭਾਰਤ ਤੇ ਚੀਨ ਪੂਰਬੀ ਲਦਾਖ ਚ ਸੀਮਾ ਪਰ ਗਤੀਰੋਧ ਦੀ ਦੂਰ ਕਰਨ ਆਸਤੇ 13ਵੇਂ ਗੇਟ ਦੀ ਕੋਰ ਕਮਾਂਡਰ ਸਤਰ ਦੀ ਗੱਲਬਾਤ ਕਰਨਗਨ ਖਬਰਾਂ ਦੀ ਤਫਸੀਲ ਕਰਨਾ ਹੈ ਜਗਮੋਨ ਸ਼ਰਮਾ ਭਾਰਤ ਤੇ ਡੈਨਮਾਰਕ ਨੇ ਅੱਜ ਚੌਮਤ ਪੂਨ ਸਮਝੌਤੇ 'ਤੇ ਦਸਤਖਤ ਕੀਤੇ ਨੇ ਤੇ ਆਪਸੀ ਸਾਂਝੇ ਸਹਿਯੋਗ 'ਚ ਹੋਰ ਮਤਬਾਦਾ ਵਿਸਤਾਰ ਕਰਨ ਦਾ ਫੈਸਲਾ ਲਇਤਾ ਹੈ ਇਹ ਦਸ਼ਾ ਪਹਿਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਹਦੇ ਡੈਨਮਾਰਕ ਤੇ ਹਮਰਤਬਾਨ ਦੇ ਬੁਸ਼ਕਾਰ ਨਵੀਂ ਦਿੱਲੀ 'ਚ ਦਪਕੀਆ ਗੱਲਬਾਤ ਵੀ ਹੋਈ ਇਸ ਗੱਲਬਾਤ ਦੇ ਬਾਅਦ ਆਪਣੇ ਇੱਕ ਬਿਆਨਾਚ ਮੋਦੀ ਹਰੇ ਆਖਿਆ ਜੇ ਦਵੇ ਮੁਲਕ ਖਾਦ ਦੀ ਸੁਰੱਖਿਆ ਸਰਦਖਾਨੇ ਦੀ ਚੇਨ ਬਣਾਨੇ ਖੁਰਾਕ ਦੇ ਡੱਬਾ ਬੰਦ ਕਰਨੇ ਰਸਾਇਣੀ ਐਲੇ ਮੱਛੀ ਪਾਲਣ ਤੇ ਉਰਦੂ ਵਿਖੇਤਰਾਂ ਚ ਕਈ ਚਾਲੀਆਂ ਨਮੀਏ ਤਕਨੀਕਾਂ ਤੇ ਪ੍ਰਯੋਗਿਕੀਆਂ ਪਰ ਕੰਮ ਕਰਨਗਨ ਮੋਦੀ ਉਰਾਂਖਾ ਜੇ ਭਾਰਤ ਡਨਮਾਰਕ ਬਿਸ਼ਕਾਰ ਪਿਆਲੀ ਦਾ ਇੱਕ ਨਵਾਂ ਦੌਰ ਸ਼ੁਰੂ ਹੋਆ ਕਰਦਾ ਹੈ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਖਿਆ ਜੇ ਸਮੁੰਦਰੀ ਇਲਾਕੇ ਕੀ ਸੁਰੱਖਿਤ ਕੀਤੇ ਬਿਜਨ ਅੰਦਰੂਨੀ ਤੇ ਬਾਹਰਲੀ ਸੁਰੱਖਿਆ ਦੀ ਵਿਆਪਕ ਵਿਵਸਥਾ ਕਰਨਾ ਨਾ ਮੁਮਕਿਨ ਹੈ ਭਾਰਤੀ ਤਟ ਰੱਖਿਆ ਗਾਰਡ ਜਿਸ ਇੰਡੀਅਨ ਕੋਸਟਲ ਗਾਰਡ ਵੀ ਆਖਿਆ ਜਾਂਦਾ ਹੈ ਤੇ ਇੱਕ ਸਮਾਰੋਹ ਕੀ ਸੰਬੋਧਿਤ ਕਰਦੇ ਹੋਏ ਉਹਨੇ ਆਖਿਆ ਕਿ ਸਮੁੰਦਰੀ ਇਲਾਕੇ ਕੀ ਸੁਰੱਖਿਤ ਤੇ ਪ੍ਰਦੂਸ਼ਣ ਮੁਕਤ ਰੱਖਣਾ ਬੜਾ ਜ਼ਰੂਰੀ ਹੈ ਕਿ ਜੇ ਇਹਦੇ ਨਹਿ ਗਏ ਆਰਥਿਕ ਵਿਕਾਸ ਕੀ ਵੀ ਯਕੀਨੀ ਬਣਾਇਆ ਜਾ ਸਕਦਾ ਹੈ ਉਹਨੇ ਆਖਿਆ ਕਿ ਅੱਜ ਸਾਡਾ ਮੁਲਕ ਤਰੱਕੀ ਬਾਦ ਦੇ ਬੱਤੇ ਪਰ ਤੇਜ਼ੀਆ ਕਰਨੇ ਅਗੜੇ ਵਧਾ ਕਰਦਾ ਹੈ ਤੇ ਇਸ ਬੱਤਾ ਪਰ ਸਮੁੰਦਰੀ ਇਲਾਕੇ ਦੀਆਂ ਗਤੀਵਿਧੀਆਂ ਮਤੀਆਂ ਮਤ ਪੂਨ ਰੱਖਦੀਆਂ ਨੇ ਉਹਨੇ ਗਲਾਇ ਜੇ ਭਾਰਤੀ ਟ੍ਰੈਕਸ਼ਰ ਗਾਰਡ ਨੇ ਕੁੱਲ 4 ਜਾਂ 6 ਕਿਸ਼ਤੀਆਂ ਕੰਨ ਸ਼ੁਰੂਆਤ ਕੀਤੀ ਤੇ ਅੱਜ ਇਹਦੇ ਕਸ਼ 150 ਕੋਲਾ ਮਤੇ ਸਮੁੰਦਰੀ ਜਾਇ ਤੇ 68 ਬਾਈ ਜਾਜਬੀਨ ਤੇ ਇਹਦਾ شمار ਦੁਨੀਆ ਦੇ ਬਿਹਤਰੀਨ ਸਮੁੰਦਰੀ ਬਲੈਚ ਹੁੰਦਾ ਹੈ ਕੇਂਦਰ ਸਰਕਾਰ ਦੇ ਆਊਟਰੀਚ ਚ ਕਾਰਜਕ੍ਰਮ ਤਹਿਤ ਕੇਂਦਰੀ ਸੂਚਨਾ ਪ੍ਰਸਾਰਣ ਪਸ਼ੂ ਤੇ ਮੱਛੀ ਪਾਲਣ ਰਾਜ ਮੰਤਰੀ ਡਾਕਟਰ ਮਰਗਨੋਰ ਆਪਣੇ 3 ਦਿਨ ਦੇ ਦੌਰੇ ਪਰ ਅਜਸ੍ਰੀਨਗਰ ਪਹੁੰਚੇ ਕੇਂਦਰੀ ਮੰਤਰੀ ਹੋਰੇ ਅਵੰਤੀਪੁਰਾਚ ਰੀ ਸਰਕੂਲੇਟਰੀ ਐਗਰੀਕਲਚਰ ਸਰਿਸਤੇ ਦਾ ਉਦਘਾਟਨ ਕੀਤਾ ਉਹਨੇ ਸ਼ੋਪੀਆ ਜ਼ਿਲ੍ਹੇ ਚ ਬਾਕਬਾਕ ਪ੍ਰੋਜੈਕਟਾਂ ਦਾ ਇਹ ਉਦਘਾਟਨ ਵੀ ਕੀਤਾ ਮੰਗਰਾ ਮੰਤਰੀ ਹੋਰੇ ਕਈ ਪ੍ਰਤੀਨਿਧੀ ਮੰਡਲ ਨੇ ਕੰਨਮਲਾਟਿ ਕੀਤੀ ਤੇ ਵਿਕਾਸ ਗਤੀਵਿਧੀਆਂ ਤੇ ਲੋਕਾਂ ਦੀਆਂ ਮੰਗਾਂ ਦਾ ਜਾਇਜ਼ਾ ਲੈਂਦਾ ਉਹਨੇ ਆਖਿਆ ਕਿ ਕੇਂਦਰ ਸਰਕਾਰ ਜੰਮੂ ਕਸ਼ਮੀਰ ਚ ਵਿਕਾਸ ਲਈ ਵਚਨਬੱਧ ਹੈ ਸੰਘਾਰੇ ਮੰਤਰੀਓ ਰ ਸ਼੍ਰੀਨਗਰ ਦੇ ਆਕਾਸ਼ਵਾਣੀ ਤੇ ਦੂਰਦਰਸ਼ਨ ਕੇਂਦਰ ਦੇ ਦੌਰਾ ਵੀ ਕਰਨਗੇ ਤੇ ਉੱਥੋਂ ਦੇ ਕੰਮ ਕਾਜ ਦਾ ਜਾਇਜ਼ਾ ਲੈਣਗੇ केंद्रीय पंचायती राज राज्य मंत्री कपिल मोरेश्वर पाटिल ने आज पुंछ जिले का दौरा किया कई विकास का जायजा लिया प्रतिनिधियों कलबी समस्याएं समस्या हल करने का यकीन भी दुआया मंत्री और महिला स्वयंसेवी ग्रुपें स्टॉल भी दिखे आकाशवाणी समाचार कलब करते हुए आख्या हर गांव में हमारी महिला कैसे सक्षम उनको आर्थिक दृष्टिकोण से किस तरह से सक्षम करे इसलिए हमारे आर डिपार्टमेंट से ये सेल्फ हेल्प ग्रुप के लोगों को सशक्त करने के लिए बहुत भारी पैमाने पे काम चल रहा है और रोजगार के बारे में तो पूंछ में हमारी बहनें अगर कुछ कर रही तो उनको सही महीने में प्रायोरिटी देना ये यहाँ के जनता का काम है जम्मू कश्मीर च पिछले चौवी घंटे दौरान कोरोना के सौ नमें मामले सामने आए आये के इथे एल सक्रिय मामलों की गिनरी एक हजार नड़िन्नवे हो गई है दौरान कोरोना कण कु मौत की कोई खबर नहीं है सौ नये मामले चा बानवे कश्मीर प्रांत के अठ जम्मू प्रांत बिस्सें थे अलावा कानवे कस्टियों के नरोए होने पर बख बख अस्पतालों छुट्टी भी थोई गई है जम्मू कश्मीर कोरोना कस्टर के नरोए होने की दर हो बेहतर हो ठानवे ईशारिया तै त्रै प्रतिशत हो गई है ਰਾਸ਼ਟਰੀ ਸਥਾਪਰ ਕੋਰੋਨਾ ਦੇ ਮਰੀਜ਼ਾਂ ਦੇ ਬਾਲੋ ਨਿਦਧਰ 97.98% ਹੈ ਤੇ ਪਿਛਲੇ 24 ਘੰਟੇ ਦੌਰਾਨ ਮਲਖਾ ਜੋ 19740 ਨਵੇਂ ਮਾਮਲੇ ਵਿਸਾਮਨੇ ਆਇਨ ਤੇ 248 ਕਸਰੀਆਂ ਦੀ ਮੌਤ ਦੀ ਵੀ ਖਬਰ ਹੈ ਕੋਵਿਡ ਟੀਕਾ ਕਰਨ ਦਾ ਕੰਮ ਵੀ ਮਲਖ ਪਰ ਅਜ ਜ਼ੋਰ ਇਨਸ਼ੋਰ ਕਰਨੇ ਜਾ ਰਹੀ ਹੈ ਤੇ ਅਜਨ ਤੋੜੀ ਕੋਰੋਨਾ ਸੌ ਬਚਾ ਲੇ 94 ਕਰੋੜ ਕੋਲਮਾ ਤੇ ਟੀਕੇ ਲੱਗ ਚੁਕੇ ਦੇ ਨਾ ਮੁੱਖ ਸਚਿਵ ਡਾਕਟਰ ਅਰੁਣ ਕੁਮਾਰ ਮਹਿਤਾ ਨੇ ਕੋਵਿਡ-19 ਮਹਾਮਾਰੀ ਦੇ ਪਿਛੋਕੜ ਵਿੱਚ ਜੰਮੂ ਕਸ਼ਮੀਰ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਲਾਤਾ। ਉਨ੍ਹਾਂ ਕੀ ਜਾਣਕਾਰੀ ਦਿੱਤੀ ਗਈ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਅਜੇ ਤੋੜੀ ਕੋਰੋਨਾ ਸਵਾ ਬਚਾ ਲੈ 1 ਕਰੋੜ 5 ਲੱਖ 34897 ਟੀਕੇ ਲਾਇਆ ਜਾ ਚੁਕੇ ਹਨ। ਡਾਕਟਰ ਮਹਿਤਾ ਨੇ ਸਭ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਜ਼ੋਰ ਦਿੱਤਾ ਕਿ ਆਪਣੇ ਸੰਸਾਧਨ ਦਾ ਪੂਰਾ ਪੂਰਾ ਇਸਤੇਮਾਲ ਕਰਦੇ ਹੋਏ ਇਸ ਕਲਗੀ ਪੱਕੀ ਵਿਵਸਥਾ ਕਰਨ ਜੇ ਸਭ ਨੇ ਯੋਗਲਾਬਾਰ ਥੀਗੀ 16 ਅਕਤੂਬਰ ਤੱਕ ਅਗਰ ਕੋਵਿਡ ਸਵਾ ਬਚਾ ਲੈ ਟੀਕੇ ਦੇ ਰਿ ਟੋਟ ਪਹਿਲੀ ਖੁਰਾਕ ਜ਼ਰੂਰ ਲਗੀ ਜਾ ਪੀਐਮ ਕੇਅਰਸ ਫੰਡ ਤਹਿਤ ਜੰਦੇ ਵੀਰ ਵਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੰਦਿਆਸੀ ਇਸ ਰਿਸਤੇ ਰਾਏ ਸ਼ੁਰੂ ਕਰਾਇਗੇ ਦੇ ਆਕਸੀਜਨ ਤਿਆਰ ਕਰਨ ਵਾਲੇ ਸਯੰਤਰ ਕਨੇ ਉਦੰਪੁਰ ਜ਼ਿਲ੍ਹੇ ਦੇ 6 ਲੱਖ ਕੋਲਾ ਮਤੇ ਲੋਕਾਂ ਕੀ ਫਾਇਦਾ ਪੁਜਗ ਮਕਾਮੀ ਲੋਕੀ ਉਦੰਪੁਰ ਚ ਇਸ ਸਯੰਤਰ ਕੀ ਲੁਆਨੇ ਲਈ ਪ੍ਰਧਾਨ ਮੰਤਰੀ ਹੰਦਾ ਤਾਨਵਾਦ ਕੀਤਾ ਆਕਾਸ਼ ਵਣੀ ਸਮਾਚਾਰ ਕਰਨੇ ਗੱਲ ਕਰਦੀ ਹੋਈ ਜ਼ਿਲ੍ਹਾ ਹਸਪਤਾਲ ਉਦੰਪੁਰ ਦੇ ਸੁਪਰਿੰਟੈਂਡੈਂਟ ਰੇ ਆਖਿਆ कोविड में हमने देखा कि इस ऑक्सीजन की बड़ी नीड थी और उसके बाद हम सिलेंडर्स पे थे उस टाइम और अब भी हमारे हॉस्पिटल में इससे तो समझ लो सारे हमारे पास पहले भी वेंटिलेटर्स आए थे मगर इसमें जो ऑक्सीजन सप्लाई थी सिलेंडर्स जाती थी दो सबसेड नहीं होती थी बहुत ज्यादा उनमें जो हमारे पचास लीटर पर मिनट के लिए चाहिए फोर्स में चाहिए वो हमें ये प्लांट ही दे सकता है जो अन विदाउट ब्रेक हमें ट्वेंटी फोर हमें ऑक्सीजन देगा ਭਾਰਤ ਦੀ ਆਜ਼ਾਦੀ ਦਾ 75ਵਾਂ ਬਰਸ ਸ਼ੁਰੂ ਹੋਣ ਦੇ ਸਿਲਸਿਲੇ 'ਚ ਆਕਾਸ਼ਵਾਨੀ ਜੰਮੂ ਦਾ ਖੇਤਰੀ ਸਮਾਚਾਰੀ ਕਾਂਝ ਜੰਮੂ ਯੂਨੀਵਰਸਿਟੀ ਦੇ ਡਿਪਾਰਟਮੈਂਟ ਆਫ ਸਟੂਡੈਂਟਸ ਵੈਲਫੇਅਰ ਦੇ ਸਹਿਯੋਗ ਕਰਨੇ ਪੇਸ਼ ਕਰਾ ਕਰਦਾ ਹੈ ਵਿਕ ਵਿਸ਼ੇਸ਼ ਪ੍ਰਸ਼ਨੋਤਰੀ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਕੁਇਜ਼ ਇੰਡੀਆ ਐਟ 75 ਇਤੇ ਤੱਤ ਹਰ ਸੰਗਾਰੇ ਬਦਲਣੋਂ ਬੀ ਵਾਲੇ ਡੋਗਰੀ ਬੁਲੇਟਿਨ 'ਚ ਇੱਕ ਸਵਾਲ ਪੁੱਛਿਆ ਜਾਂਦਾ ਹੈ ਜਿਹਦਾ ਜਵਾਬ ਸਾਡੇ ਸ਼੍ਰੋਤਾ ਸਾਡੇ ਈਮੇਲ ਐਡਰੈਸ india75quiz@gmail.com ਉੱਪਰ ਭੇਜ ਸਕਦੇ ਨੇ ਸਭਨੇ ਸ਼ਹਿ ਪਹਿਲੇ ਜਵਾਬ ਭੇਜਣ ਵਾਲੇ त्रौ तो श्रोताएं जेतू घोषित उ नाए का ऐलान अगले रोज मंगलवार बड्लैे डोगरी बुलेटिन किया जन्ा श्रोताएं अग्न अपील है जो जवाब दे अपना पूरा पता भी लिखन ततुएं सर्टिफिकेट डाक राए उन घरें जा पुजा जाने श्रोताएं यह सर्टिफिकेट थो करे सर्टिफिकेट क अपनी सेल्फी खिंचिए असें इसे ईमेल पते पर भेजन सोशल मीडिया मंचों पर पोस्ट करी ਇਹ ਖਬਰਾਂ ਤੁਸ ਆਕਾਸ਼ਵਾਣੀ ਜੰਮੂ ਪ੍ਰਸਾਰਣ ਅਤਿਓ ਤੁਨ ਬਾਕੀ ਦੀਆਂ ਖਬਰਾਂ ਕਰਨੇ ਰਾਜੇਸ਼ ਮਨਸੂਤਰਾ ਭਾਰਤ ਤੇ ਚੀਨ ਕੋਰ ਕਮਾਂਡਰ ਸਤਰ ਦੀ 13ਵੇਂ ਦੌਰ ਦੀ ਗੱਲਬਾਤ ਅਗਲੇ ਹਫਤੇ ਕਰਗਨ ਜਿਹਦਾ ਮਕਸਦ ਪੂਰਬੀ ਲਦਾਖ਼ਿ ਆਖਰੀ ਬਚੇ ਦੇ ਗਤੀਰੋਧ ਦੀ ਦੂਰ ਕਰਨਾ ਹੈ ਪਿਛਲੇ ਗੇੜ ਦੀ ਗੱਲਬਾਤ ਦੋਨੇ ਧਰੈ ਵਾਸਤਵਿਕ ਨਿਯੰਤਰਣ ਰੇਖਾ ਪਰਾ ਬਲਿੰਦੀ ਤਣਾਤੀ ਹਟਾਣੇ ਉਪਰ ਵਿਸਤਾਰ ਕਰਨੇ ਚਰਚਾ ਕੀਤੀ ਤੇ ਵਿਵਾਦ ਵਾਲੇ ਮਾਮਲੇ ਕੀ ਮੌਜੂਦਾ ਸਮਝੌਤੇ ਤੇ ਤੈਸ਼ੁਦਾਰ ਨਿਜਮੇ ਮੁਜਬ ਅਲ ਕਰਨੇ ਉਪਰ ਸਹਿਮਤੀ ਜਤਾਈ ਹੀ ਇਹ ਦੇ ਇਲਾਵਾ ਸੀਮਾਏ ਪਰ ਸਥਿਰਤਾ ਬਣਾਈ ਰੱਖਣੇ ਤੇ ਨਮੀ ਘਟਨਾਏ ਦੀ ਉਹਨੇ ਥਮਾ ਰੋਕਣੇ ਪਰ ਵੀ ਸਹਿਮਤੀ ਬਣੀ ਹੀ ਜੰਮੂ ਕਸ਼ਮੀਰ ਪ੍ਰਸ਼ਾਸਨੀ ਕੌਂਸਲ ਨੇ ਪ੍ਰਧਾਨ ਮੰਤਰੀ ਕਿਸਾਨ ਊਰਜਾ ਸੁਰੱਖਿਆ ਅਤੇ ਉੱਥਾਨ ਮਹਾਭਿਆਨ ਤਹਿਤ 5000 ਖੇਤੀ ਸੋਲਰ ਪੰਪ ਲਾਉਣੇ ਦੀ ਮਨਜ਼ੂਰੀ ਦਿੱਤੀ ਹੈ। ਇਦੇ ਉਪਰ 135 ਕਰੋੜ ਰੁਪਏ ਦੀ ਲਾਗਤ ਹੋ ਇਸ ਸਕੀਮ ਤਹਿਤ ਕਿਸਾਨਾਂ ਨੂੰ 7.5 ਹਾਰਸ ਪਾਵਰ ਦੀ ਸਮਰੱਥਾ ਤੱਕ ਕਰਦੇ ਸੋਲਰ ਪੰਪ ਲਾਣਿਆ ਆਸਥਾ ਮਦਦ ਦਿੱਤੀ ਜਾਗ ਕਠੂਆ ਚ ਜ਼ਿਲ੍ਹਾ ਅਦਾਲਤ પરિਸਰ ਦੇ ਨਿਰਮਾਣ ਦੀ ਵੀ ਕਾਉਂਸਲ ਐ 29 ਕਰੋੜ 73 ਲੱਖ ਰੁਪਏ ਦੀ ਲਾਗਤ ਕਰਨੇ ਮਨਜ਼ੂਰੀ ਦਿੱਤੀ ਪ੍ਰਸ਼ਾਸਨਿਕ ਕਾਉਂਸਲ ਨੇ ਜੰਮੂ ਸ਼ਹਿਰ ਚ ਸਰਕਾਰੀ ਇਮਾਰਤਾਂ ਦੀ ਛੱਤਾਂ ਉਪਰ ਸੋਲਰ ਪਾਵਰ ਪਲਾਂਟ ਲਾਣੇ ਦੀ ਵੀ ਮਨਜ਼ੂਰੀ ਦਿੱਤੀ ਦਕਨੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਚਾਤੰਕਵਾਦੀਆਂ ਮਾਂਜ਼ਗਾਮ ਇਲਾਕੇ 'ਚ ਪੁਲਿਸ ਤੇ ਇੱਕ ਦਸਤੇ ਉੱਪਰ ਗੋਲੀਬਾਰੀ ਕੀਤੀ ਜੇਦੇ 'ਚ ਦੋ ਜਵਾਨ ਜ਼ਖਮੀ ਹੋ ਗਏ ਜ਼ਖਮੀਆਂ ਕੀ ਇਲਾਜ ਲਈ ਨੇੜੇ ਦੇ ਹਸਪਤਾਲ 'ਚ ਭਜਾਇਆ ਗਿਆ ਆਮਲੇਮਗਰਾ ਇਲਾਕੇ ਕੀ ਕੇਰੀਆ ਤਪਾਈ ਵਾਲੀ ਕਾਰਵਾਈ ਸ਼ੁਰੂ ਕੀਤੀ ਗਈ ਮਤੇ ਬਿਉਰੇ ਕੀ ਬਲ ਗਿਆ ਜਾ ਰਦਾ ਹੈ ਜੰਮੂ ਕਸ਼ਮੀਰ ਪੁਲਿਸ ਦਾ ਆਖਣਾ ਹੈ ਜੇ ਸ਼ਿਰਨਗਰ ਚ ਇੱਕ ਡਾਕਟਰ ਦੇ ਘਰ ਹੈ ਪਰ ਅਮਲੇਬਾਰ ਹੈ ਫੈਲਾਈ ਜਾ ਰਹੀ ਖਬਰ ਭਲਿਆ ਝੂਠ ਤੇ ਗਲਤ ਹੈ ਇੱਕ ਟਵੀਟਸ ਨੇਜ ਪੁਲਿਸ ਦੇ ਇੱਕ ਪ੍ਰਵਕਤਾ ਨੇ ਦੱਸਿਆ ਜੇ ਜੰਦੀ ਰਾਤੀ ਨਾਟੀਪੋਰਾ ਵਾਲੇ ਟਾਕਰੇ ਦੌਰਾਨ ਕਿਸ਼ ਗੋਲੀਆਂ ਦੋਂ ਗੱਡੀਆਂ ਤੇ ਦੋਂ ਘਰਾਂ ਦੇ ਸ਼ੀਸ਼ੇ ਗੀ ਲੱਗੀਆਂ ਪਰ ਕੁਸੈ ਡਾਕਟਰ ਦੇ ਘਰ ਹੈ ਪਰ ਕੋਈ ਅਮਲਾ ਨਹੀਂ ਉਹ ਹੈ ਅਖੀਰ ਭਾਰਤੀ ਕਾਂਗਰਸ ਕਮੇਟੀ ਦੀਆਂ ਜੰਮੂ ਕਸ਼ਮੀਰ ਪ੍ਰਭਾਰੀ ਤੇ ਮੈਂਬਰ ਪਾਰਲੀਮੈਂਟ ਰਜਨੀ ਪਾਟਲੋ ਨੇ ਅੱਜ ਆਖਿਆ ਜੇ ਕਸ਼ਮੀਰ ਦੇ ਮੌਜੂਦਾ ਹਾਲਾਤ ਨੇ ਭਾਰਤ ਸਰਕਾਰ ਦੇ ਉਸ ਦਾਅਵੇ ਕੀ ਝੂਠਾ ਸਾਬਿਤ ਕੀਤਾ ਹੈ ਜੇ ਜੰਮੂ ਕਸ਼ਮੀਰ ਚ ਅਮਨ ਬਾਲ ਹੋਈ ਚੁਕਿਆ ਦਾ ਜੰਦੇ ਮੰਗਲਵਾਰ ਕਿਸ਼ਬੇ ਪੰਚਾਨੋਂ ਬੰਦੂਕ ਤਾਰੀਆਂ ਆਸਿਆ ਬਾਂਡੀਪੂਰਾ ਦੇ ਨੈਡਖਾਏ ਇਲਾਕੇ ਚ ਮਮਸ਼ਫੀ ਢਾਰਨਾ ਦੇ ਆਦਮੀ ਦੀ ਹੱਤਿਆ ਪਰ ਵਿਸ਼ੋਸ ਕਰਨੇ ਮਗਰਾ ਮੀਡੀਆ ਵਾਲੇ ਕੰਨ ਗੱਲ ਕਰਦੇ ਹੋਈ ਰਜਨੀ ਪਾਟਲੋ ਰਿ ਆਖਿਆ ਜੇ ਕਸ਼ਮੀਰ ਚ ਬੇਕਸੂਰ ਲੋਕ ਮਾਰੇ ਜਾ ਰਹੇ ਨੇ ਤੇ ਸਰਕਾਰ ਦੇ ਅਮਨ ਬਾਲੀ ਦੇ ਸਾਰੇ ਦਾਵੇ ਝੂਠੇ ਸਾਬਤ ਹੋਰ ਦੇਨ ਜਨਜਾਤੀ ਮਾਮਲੇ ਦਾ ਮੰਤਰਾਲੇ Jammu Kashmir 'ਚ ਜਨਜਾਤੀ ਕਲਿਆਣਾਸਤੇ ਕਈ ਪ੍ਰਯੋਜਨਾਇਂ ਗੀ ਲਾਗੂ ਕਰੋ ਜੰਮੂ ਕਸ਼ਮੀਰ ਸਰਕਾਰ ਨੇ ਇਸ ਸਰਬੰਦਾਚਿਕਿਸ਼ ਪ੍ਰਸਤਾਵ ਵੀ ਪੇਸ਼ ਕੀਤੇ ਨੇ ਇਨੇ ਪ੍ਰਯੋਜਨਾਇਂ ਚ 7 ਹੋਰ ਇਕਲਵਯ ਰਿਹਾਈਸ਼ੀ ਸਕੂਲ 2 ਮਾਡਲ ਡੇ ਬੋਰਡਿੰਗ ਸਕੂਲ 2 ਖੇਡ ਉਤਕ੍ਰਿਸ਼ਟਤਾ ਕੇਂਦਰ ਤੇ ਬਖ ਬਖ ਜ਼ਿਲ੍ਹੇ ਚ 80 ਹੋਸਟਲ ਤੇ ਟ్రਾਈਬਲ ਪਵਨ ਲਈ ਗ੍ਰਾਂਟ ਦੀ ਮੰਗ ਵੀ ਸ਼ਾਮਿਲ ਹੈ ਕੇਂਦਰੀ ਜਨਜਾਤੀ ਮੰਤਰਾਲੇ ਅੱਗੇ ਜਨਜਾਤੀ ਨੌਜਵਾਨੇ ਤੇ ਮਹਿਲਾਇਂ ਲਈ ਰੋਜ਼ਗਾਰ ਪ੍ਰਯੋਜਨਾਇ ਤੇ ਕੇਸ਼ ਸਕੀਮੇ ਕੀ ਹੋ ਰਗੜਾ ਜਾਰੀ ਰੱਖਣੇ ਸਣੇ ਕੇਸ਼ੂਰ ਪ੍ਰਸਤਾਵ ਵੀ ਪੇਸ਼ ਕੀਤੇ ਗੇਨ ਨਵਰਾਤਰਾ ਉਤਸਵ 'ਚ ਕਟੜਾ 'ਚ ਸ਼ੈਲ ਰੌਣਕ ਦੇਖਣੇ ਦੀ ਲਬਰਦੀ ਹੈ ਪਿਛਲੇ ਬੜਾ ਕਰੋਨਾ ਮਹਾਮਾਰੀ ਦੇ ਚੱਲਦੇ ਇਹਦਾ ਆਯੋਜਨ ਨਿਹਾ ਕੀਤੇ ਜਾਇ ਸਕੇਆ ਪਰ ਐਕਤੀ ਅਜੇ ਵੀ ਹਾਲਾਤ ਪਹਿਲੇ ਕੁਲਾ ਬਿਹਤਰ ਨ ਪਰ ਕਈ ਜ਼ਰੂਰੀ ਇਦਾਇਤਾਂ ਦੀ ਪਾਲਮਾ ਸਖਤੀ ਕਰਨਾ ਕੀਤਾ ਜਾ ਰਹੀ ਹੈ ਸ਼ੋਭਾ ਯਾਤਰਾ ਪਹਿਲੇ ਅੰਗਰ ਅਰ ਰੋਜ਼ ਦੇ ਬਜਾਏ ਪਹਿਲੇ ਤੇ ਅਖੀਰਲੇ ਨਵਰਾਤਰੇ ਕੀ ਗਿਆ ਕਟੜਨੇ ਦਾ ਕਾਰਜਕ੍ਰਮ ਹੈ ਪ੍ਰੇਟ ਪ੍ਰਤੀਯੋਗਤਾ 9 ਦਿਨ ਦੇ ਬਜਾਏ 2 ਦਿਨ ਤੱਕ ਰਸੀਮਿਤ ਕੀਤੀ ਗਈ ਹੈ ਇਹਦੇ ਇਲਾਵਾ ਮਾਤਾ ਕੀ ਕਹਾਣੀ ਤੋਰਦੂਗੇ ਮੰਚਨ ਵੀ LED ਦੀ ਮਦਦ ਕਰਨਾ ਕਟੜਾ ਦੇ ਬਖਵਾਖੀ ਸੈਂਚ ਦਾ ਸਿਹਾਰ ਦਿਨ ਤਾਂ ਜੇ ਇਕਿਆਥਾਰ ਲੋਕੇਦਾਰਾ ਨਹੀਂ ਪਵੈ ਕਟੜਾ ਕੁਲਾ ਲਈਏ ਮਾਤਾ ਦੇ ਭਵਨ ਤੱਕ ਕੋਵਿਡ ਨਿਯਮੇ ਦੀ ਪਾਲਨਾ ਪਰ ਚੇਚਾ ਧਿਆਨ ਦਿੱਤਾ ਜਾਰਦਾ ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਨੇ ਸ਼ਰਧਾਲੂਆਂ ਦੀ ਸੁਵਿਧਾ ਲਈ ਲੋਟਚ ਦੇ ਬੰਦੋਬਸਤ ਕੀਤੇ ਦੇਨ ਤੇ ਅਖੀਰ ਚ ਖਾਸ ਖਾਸ ਖਬਰਾਂ ਇੱਕ ਪਰੇ ਪੜਤੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੈਨਮਾਰਕ ਦੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਕੀਤੀ ਦੋਨੇ ਦੇਸ਼ਾਂ ਵਿਚਕਾਰ ਚਾਰ ਸਮਝੌਤੇ ਉਪਰ ਦਸਤਖਤ ਕੀਤੇ ਗਏ ਨਾ ਕੇਂਦਰ ਸਰਕਾਰ ਦੇ ਆਊਟਰੀਚ ਕਾਰਜਕ੍ਰਮ ਤਹਿਤ ਕਈ ਕੇਂਦਰੀ ਮੰਤਰੀ ਜੰਮੂ ਕਸ਼ਮੀਰ ਦਾ ਦੌਰਾ ਕਰਾ ਕਰਦੇ ਨ ਮੰਤਰੀ ਜੰਮੂ ਕਸ਼ਮੀਰ ਦੇ ਵਿਕਾਸ ਲਈ ਕੇਂਦਰ ਦੇ ਨਿਸ਼ਚੇ ਕੀ ਫੀ ਪੱਕਾ ਕੀਤਾ ਜੰਮੂ ਕਸ਼ਮੀਰ ਚ 109 ਕੋਵਿਡ ਮਾਮਲੇ ਦਰਜ ਕੀਤੇ ਗਏ ਨ ਜਿੰਦੇ ਚ 8 ਜੰਮੂ ਡਿਵੀਜ਼ਨ ਤੇ 92 ਕਸ਼ਮੀਰ ਡਿਵੀਜ਼ਨ ਥਾ ਮਾਨ ਤੇ ਪਰਤੇ ਚੀਨ ਪੂਰਬੀ ਲੱਦਾਖ ਚ ਸੀਮਾ ਪਰ ਗਤੀਰੋਧਗੀ ਦੂਰਕਰਨਿਆਸ ਤੇ 13ਵੀਂ ਗੇਟ ਦੀ ਕੋਰ ਕਮਾਂਡਰ ਸਤਾਦੀ ਗਲਪਤ ਕੰਗਨ ਇਹ ਦੇ ਕੰਨੇਗੇ ਖਬਰਾਂ ਦਾ ਇਹ ਬੁਲੇਟਿਨ ਸਮਾਪਤ ਹੋਆ